ਦੋਸਤੋ, ਕਾਫੀ ਮੇਰੇ ਵੀਰਾਂ ਨੂੰ ਆਪਣੀ ਸੇਫਟੀ ਵਾਸਤੇ ਗਨ ਦੀ ਜ਼ਰੂਰਤ ਪੈਂਦੀ ਹੈ, ਅਤੇ ਗਨ ਲੈਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਬਟ ਵੱਡੀ ਗੱਲ ਜਿਹੜੀ ਹੈ ਉਹ ਲਾਇਸੈਂਸ ਕਿਵੇਂ ਬਣਾਉਣਾ, ਇਹ ਕਈ ਵੀਰਾਂ ਨੂੰ ਪਤਾ ਨਹੀਂ ਹੁੰਦਾ। ਅਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ, ਆਪਾਂ ਪੰਜਾਬ ਵਿੱਚ ਬੰਦੂਕ ਦਾ ਲਾਇਸੈਂਸ ਕਿਵੇਂ ਅਪਲਾਈ ਕਰ ਸਕਦੇ ਹਾਂ ਅਤੇ ਕਿਹੜੇ ਕਿਹੜੇ ਇੰਪੋਰਟੈਂਟ ਡਾਕੂਮੈਂਟ ਹੈ। ਦੋਸਤੋ, ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਉਸ ਤੋਂ ਪਹਿਲਾਂ ਦੋਸਤੋ, ਕੁਝ ਇੰਪੋਰਟੈਂਟ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂ। ਜਿਹੜਾ ਵਿਦਾਊਟ ਲਾਇਸੈਂਸ ਗਨ ਕੈਰੀ ਕਰਦਾ ਦੋਸਤੋ, ਇੱਕ ਸੀਰੀਅਸ ਕ੍ਰਾਈਮ ਮੰਨਿਆ ਜਾਂਦਾ ਅਤੇ 7 ਤੋਂ 14 ਸਾਲ ਦੀ ਜੇਲ੍ਹ ਅਤੇ ਫਾਈਨ ਹੋ ਸਕਦਾ ਹੈ। ਤਾਂ ਦੋਸਤੋ, ਹੁਣ ਆਪਾਂ ਗੱਲ ਕਰ ਲੈਂਦੇ ਹਾਂ ਇੰਪੋਰਟੈਂਟ ਡਾਕੂਮੈਂਟ ਕਿਹੜੇ ਨੇ ਆਪਾਂ ਲਾਇਸੈਂਸ ਲੈਣ ਵਾਸਤੇ। ਅਤੇ ਸਭ ਤੋਂ ਪਹਿਲਾਂ ਆਪਣੇ ਕੋਲ ਪਛਾਣ ਦਾ ਸਬੂਤ ਹੋਣਾ ਚਾਹੀਦਾ, ਆਪਣਾ ਪਛਾਣ ਪੱਤਰ ਜਾਂ ਕੋਈ ਆਈ ਡੀ ਪਰੂਫ, ਅਤੇ ਇਸ ਤੋਂ ਬਾਅਦ ਐਡਰੈਸ ਦਾ ਪਰੂਫ ਆਪਣੇ ਕੋਲ ਹੋਣਾ ਚਾਹੀਦਾ, ਅਤੇ ਉਮਰ ਦਾ ਸਬੂਤ, ਅਤੇ ਫਿਟਨੈਸ ਦਾ ਸਬੂਤ। ਦੋਸਤੋ, ਫਿਟਨੈਸ ਸਰਟੀਫਿਕੇਟ ਆਪਾਂ ਡਾਕਟਰ ਤੋਂ ਇਸ਼ੂ ਕਰਵਾਉਂਦੇ ਹਾਂ, ਉਹ ਆਪਣੇ ਕੋਲ ਹੋਣਾ ਚਾਹੀਦਾ, ਅਤੇ ਆਪਣੀ ਇਨਕਮ ਦਾ ਸਬੂਤ ਹੋਣਾ ਚਾਹੀਦਾ। ਇਸ ਤੋਂ ਇਲਾਵਾ ਤਾਜ਼ਾ ਫੋਟੋਆਂ, ਮਤਲਬ ਕਿ ਲੇਟੈਸਟ ਫੋਟੋ ਜਿਹੜੀ ਆਪਾਂ ਖਿੱਚੀ ਹੋਈ ਨੇ, ਉਹ ਆਪਣੇ ਕੋਲ ਹੋਣੀ ਚਾਹੀਦੀਆਂ ਨੇ। ਲਾਇਸੈਂਸ ਲਈ ਅਪਲਾਈ ਕਿਵੇਂ ਕਰ ਸਕਦੇ ਹਾਂ ਦੋਸਤੋ? ਔਨਲਾਈਨ ਅਤੇ ਔਫਲਾਈਨ ਦੋਨੋਂ ਤਰੀਕੇ ਨਾਲ ਆਪਾਂ ਅਪਲਾਈ ਕਰ ਸਕਦੇ ਹਾਂ ਗਨ ਦੇ ਲਾਇਸੈਂਸ ਵਾਸਤੇ। ਤਾਂ ਇਸ ਵੀਡੀਓ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਔਫਲਾਈਨ ਲਾਇਸੈਂਸ ਦਾ ਫੋਰਮ ਕਿੱਥੋਂ ਡਾਊਨਲੋਡ ਕਰ ਸਕਦੇ ਹਾਂ ਅਤੇ ਕਿਵੇਂ ਫਿਲ ਕਰ ਸਕਦੇ ਹਾਂ। ਤਾਂ ਦੋਸਤੋ, ਇਹ ਫੋਰਮ ਜਿਹੜਾ ਤੁਹਾਨੂੰ ਦਿਖ ਰਿਹਾ ਹੈ, ਫੋਰਮ A1 ਇਸਨੂੰ ਕਹਿੰਦੇ ਨੇ, ਅਤੇ ਲਾਇਸੈਂਸ ਵਾਸਤੇ ਅਪਲਾਈ ਕਰਨ ਲਈ ਇਸ ਤਰ੍ਹਾਂ ਦਾ ਫੋਰਮ ਆਪਾਂ ਨੂੰ ਫਿਲ ਕਰਕੇ, ਮਤਲਬ ਕਿ ਪੂਰੀ ਡਿਟੇਲ ਵਿੱਚ ਫਿਲ ਕਰਕੇ, ਅਤੇ ਜਿਹੜੇ ਜਿਹੜੇ ਡਾਕੂਮੈਂਟ ਤੁਹਾਨੂੰ ਦੱਸੇ ਆ ਉਹ ਨਾਲ ਲਗਾ ਕੇ ਆਪਾਂ ਨੂੰ ਸੁਪਰੀਡੈਂਟ ਆਫ ਪੁਲਿਸ ਦੇ ਹੈੱਡਕੁਆਟਰ ਵੀ ਜਮ੍ਹਾਂ ਕਰਾ ਕੇ ਆਉਣਾ ਪੈਂਦੇ ਨੇ। ਇਸ ਤੋਂ ਬਾਅਦ ਵੈਰੀਫਿਕੇਸ਼ਨ ਹੁੰਦੀ ਹੈ ਤੁਹਾਡੀ, ਕਿ ਤੁਹਾਡਾ ਜਿਹੜਾ ਸੁਭਾਅ ਹੈ, ਜਿਹੜਾ ਫਿਟਨੈਸ ਹੈ ਬਿਲਕੁਲ ਸਹੀ ਹੈ, ਤੁਹਾਡਾ ਮੈਂਟਲ ਐਬਿਲਿਟੀ ਬਿਲਕੁਲ ਚੈੱਕ ਹੈ, ਇਹ ਸਾਰਾ ਕੁਛ ਵੈਰੀਫਾਈ ਕਰਦੇ ਨੇ, ਅਤੇ ਇਸ ਤੋਂ ਬਾਅਦ ਜਿਹੜਾ ਕਿ ਲਾਇਸੈਂਸ ਅਪਲਾਈ ਕਰਨ ਲਈ ਇਸ਼ੂ ਕਰਦੇ ਨੇ। ਅਤੇ ਦੋਸਤੋ, ਜੇ ਤੁਸੀਂ ਇਹ ਫੋਰਮ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਤੁਹਾਨੂੰ ਤੁਹਾਡੇ ਵਟਸਐਪ ਨੰਬਰ ਉੱਪਰ ਇਹ ਫੋਰਮ ਸੈਂਡ ਕਰ ਸਕਦਾ। ਓਕੇ ਦੋਸਤੋ, ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਇਸ ਨੂੰ ਔਨਲਾਈਨ ਅਪਲਾਈ ਕਿਵੇਂ ਕਰ ਸਕਦੇ ਹਾਂ। ਦੋਸਤੋ, ਇਹ ਆਫੀਸ਼ੀਅਲ ਵੈਬਸਾਈਟ ਹੈ ਅਤੇ ਇਹ ਤੁਹਾਡੇ ਮੋਬਾਈਲ 'ਤੇ ਵੀ ਇੰਨੀ ਵਧੀਆ ਚੱਲਦੀ ਜਿੰਨੀ ਇਹ PC 'ਤੇ ਚੱਲਦੀ ਹੈ, ਅਤੇ ਇਸਦਾ ਜਿਹੜਾ ਲਿੰਕ ਹੈ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ ਵਿੱਚ ਮਿਲ ਜੂ, ਅਤੇ ਇੱਥੇ ਆਪਾਂ ਅਪਲਾਈ ਕਰ ਸਕਦੇ ਹਾਂ, ਇੱਥੇ ਆਪਾਂ ਚੈੱਕ ਕਰ ਸਕਦੇ ਹਾਂ। ਦੋਸਤੋ, ਇਹਨਾਂ ਨੇ ਆਪਸ਼ਨ ਦਿੱਤੇ ਆ, ਜੇ ਅਪਲਾਈ ਔਨਲਾਈਨ ਕਰਨਾ ਤੁਸੀਂ ਨਵੀਆਂ ਜਿਹੜਾ ਫੋਰਮ ਅਪਲਾਈ ਕਰਨਾ ਤਾਂ ਇੱਥੇ ਆਪਾਂ ਕਲਿੱਕ ਕਰਾਂਗੇ, ਅਤੇ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਵੀ ਕਿਹੜੇ ਕਿਹੜੇ ਲੋਕ ਜਿਹੜੇ ਐਲੀਜੀਬਲ ਨੇ ਫੋਰਮ ਨੂੰ ਅਪਲਾਈ ਕਰਨ ਵਾਸਤੇ, ਕੀ ਕ੍ਰਾਈਟੇਰੀਆ ਰੱਖਿਆ ਗਿਆ, ਅਤੇ ਇੱਥੇ ਹਾਊ ਟੂ ਅਪਲਾਈ ਪੂਰੀ ਇੰਸਟਰਕਸ਼ਨ ਦਿੱਤੀ ਹੋਵੇਗੀ ਦੋਸਤੋ, ਕਿ ਤੁਸੀਂ ਹੁਣ ਇਹ ਕਰਨਾ, ਤੁਸੀਂ ਇਹ ਕਰਨਾ, ਅਤੇ ਇਸ ਤੋਂ ਬਾਅਦ ਫੀਸ ਸਟਰਕਚਰ ਹੈ ਵੀ ਕਿੰਨੀ ਫੀਸ ਲੱਗਦੀ ਹੈ, ਅਤੇ ਇਸ ਤੋਂ ਬਾਅਦ ਜੇ ਤੁਸੀਂ ਪਹਿਲਾਂ ਅਪਲਾਈ ਕੀਤਾ ਹੋਇਆ ਤਾਂ ਆਪਣਾ ਐਪਲੀਕੇਸ਼ਨ ਦਾ ਸਟੇਟਸ ਵੀ ਇੱਥੇ ਚੈੱਕ ਕਰ ਸਕਦੇ। ਦੋਸਤੋ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਫੋਰਮ ਨੂੰ ਫਿਲ ਕਰਕੇ ਦਿਖਾਵਾਂ ਤਾਂ ਵੀਡੀਓ ਵਿੱਚ ਕਮੈਂਟ ਕਰੋ, ਅਤੇ ਜਿਵੇਂ ਹੀ ਮੇਰੇ ਇਸ ਵੀਡੀਓ 'ਤੇ 1000 ਵਿਊ ਹੋ ਜਾਂਦੇ ਤਾਂ ਇਸ ਵੀਡੀਓ ਨੂੰ ਮੈਂ ਨੈਕਸਟ ਪਾਰਟ ਜਿਹੜਾ ਬਣਾ ਦਿਆਂਗਾ। ਦੋਸਤੋ, ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।